ਸਤਿ ਸ਼੍ਰੀ ਅਕਾਲ ਜੀ, ਤੁਸੀਂ ਅਜੀਤ ਵੈੱਬ ਟੀ ਵੀ ਦੇਖ ਰਹੇ ਹੋ, ਮੈਂ ਹਾਂ ਸਵਰਨ ਸਿੰਘ ਟਹਿਣਾ। ਲੋਕ ਸਭਾ ਦੀਆਂ ਚੋਣਾਂ ਸਿਰ 'ਤੇ ਆਈਆਂ ਹੋਈਆਂ ਅਤੇ ਵਿਰੋਧੀ ਪਾਰਟੀਆਂ ਦੇ ਵੱਲੋਂ ਇੱਕ ਦੂਜੇ ਦੇ ਉੱਤੇ ਦੋਸ਼ਾਂ ਦੀ ਇਹੋ ਜਿਹੀ ਵਾਛੜ ਕੀਤੀ ਜਾ ਰਹੀ ਹੈ ਜਿਹਦੇ ਬਾਬਤ ਕਦੇ ਕਿਆਸ ਵੀ ਨਹੀਂ ਕੀਤਾ ਹੁੰਦਾ ਕਿ ਮਰਿਆਦਾ ਤੋਂ ਸੱਖਣੀ ਇਹੋ ਜਿਹੇ ਸ਼ਬਦ ਦੂਜਿਆਂ ਦੇ ਖਿਲਾਫ਼ ਵਰਤੇ ਜਾਣਗੇ। ਅੱਜ ਜੋ ਕੁਝ ਲੋਕ ਸਭਾ ਦੇ ਵਿੱਚ ਹੋਇਆ ਅਤੇ ਉਸ ਤੋਂ ਪਹਿਲਾਂ ਜੋ ਅੱਜ ਰਾਹੁਲ ਗਾਂਧੀ ਹੋਰਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਦੇ ਰੂਪ ਦੇ ਵਿੱਚ ਵਿਚਾਰਾਂ ਦਾ ਪ੍ਰਗਟਾਵਾ ਕੀਤਾ ਗਿਆ, ਉਹਦੇ ਉੱਤੇ ਇੱਕ ਨਹੀਂ ਦੋ ਨਹੀਂ ਸਗੋਂ 100 ਕਿਸਮ ਦੇ ਸਵਾਲ ਖੜ੍ਹੇ ਹੋ ਸਕਦੇ ਆ। ਇੱਥੇ ਵੀ ਦੱਸਣਾ ਜ਼ਰੂਰੀ ਹੈ ਕਿ ਜੇਕਰ ਕੁਝ ਦਿਨ ਪਹਿਲਾਂ ਦੀ ਬਾਤ ਪਾਈ ਜਾਵੇ ਤਾਂ ਪ੍ਰਧਾਨ ਮੰਤਰੀ ਮੋਦੀ ਤੋਂ ਲੈ ਕੇ ਹੋਰ ਸੀਨੀਅਰ ਭਾਜਪਾ ਨੇਤਾਵਾਂ ਦੇ ਵੱਲੋਂ ਪ੍ਰਿਯੰਕਾ ਗਾਂਧੀ ਦੇ ਵੱਲੋਂ ਸਰਗਰਮੀ ਦੇ ਨਾਲ ਰਾਜਨੀਤੀ ਦੇ ਵਿੱਚ ਕੁੱਦੇ ਜਾਣ 'ਤੇ ਜਿਹੜੀਆਂ ਟਿੱਪਣੀਆਂ ਕੀਤੀਆਂ ਸੀ ਉਹ ਵੀ ਮਰਿਆਦਾ ਤੋਂ ਸੱਖਣੀਆਂ ਸੀ। ਭਾਜਪਾ ਦੇ ਕਈ ਨੇਤਾਵਾਂ ਨੇ ਇਹ ਗੱਲ ਕਹੀ ਕਿ ਪ੍ਰਿਯੰਕਾ ਗਾਂਧੀ ਕੱਪੜੇ ਕਿਹੋ ਜਿਹੇ ਪਾਉਂਦੀ ਹੈ। ਇੱਥੇ ਸੁਬਰਾਮਨੀਅਮ ਸਵਾਮੀ ਹੋਰਾਂ ਨੇ ਇੱਥੋਂ ਤੱਕ ਗੱਲ ਕਹਿ ਦਿੱਤੀ ਕਿ ਪ੍ਰਿਯੰਕਾ ਗਾਂਧੀ ਤਾਂ ਜਿਹੜੀ ਵੀ ਰੈਲੀ ਦੇ ਵਿੱਚ ਜਿਹੜੇ ਵੀ ਇਕੱਠ ਦੇ ਵਿੱਚ ਜਾਂਦੇ ਆ ਉੱਥੇ ਬੰਦਿਆਂ ਨੂੰ ਕੁੱਟਣ ਲੱਗ ਪੈਂਦੀ ਹੈ ਕਿਉਂਕਿ ਉਹ ਮਾਨਸਿਕ ਤੌਰ ਦੇ ਉੱਤੇ ਪਰੇਸ਼ਾਨ। ਯਾਨੀ ਕਿ ਇੱਕ ਔਰਤ ਦੇ ਉੱਤੇ ਇਹੋ ਜਿਹੀਆਂ ਟਿੱਪਣੀਆਂ ਕੀਤੀਆਂ ਗਈਆਂ ਅਤੇ ਅਸੀਂ ਔਰਤਾਂ ਦੇ ਸਤਿਕਾਰ ਦੀ ਗੱਲ ਵੀ ਕਰਦੇ ਹਾਂ ਅਤੇ ਬੇਟੀ ਬਚਾਓ ਅਤੇ ਬੇਟੀ ਪੜ੍ਹਾਓ ਦਾ ਨਾਰਾ ਵੀ ਲਾਉਂਦੇ ਹਾਂ, ਪਰ ਜੇਕਰ ਕੋਈ ਰਾਜਨੀਤੀ ਦੇ ਵਿੱਚ ਬਰਾਬਰ ਔਰਤ ਆ ਜਾਵੇ ਤਾਂ ਫਿਰ ਅਸੀਂ ਉਹਦੇ ਉੱਤੇ ਸ਼ਬਦਾਂ ਦੀ ਵਾਛੜ ਵੀ ਕਰਦੇ ਹਾਂ। ਪਰ ਦੂਜੇ ਪਾਸੇ ਕਾਂਗਰਸ ਦੇ ਵੱਲੋਂ ਲਗਾਤਾਰ ਇਹ ਗੱਲ ਕਹੀ ਜਾ ਰਹੀ ਹੈ ਕਿ ਦੇਸ਼ ਦਾ ਚੌਂਕੀਦਾਰ ਹੀ ਸਭ ਤੋਂ ਵੱਡਾ ਚੋਰ ਹੈ। ਲਗਾਤਾਰ ਵਿਰੋਧੀ ਇਹ ਗੱਲ ਕਹਿ ਰਹੇ ਆ ਕਿ ਪ੍ਰਧਾਨ ਮੰਤਰੀ ਮੋਦੀ ਖੁਦ ਨੂੰ ਗ੍ਰਾਮ ਸੇਵਕ ਕਹਿੰਦੇ ਰਹੇ ਹੁਣ ਤੱਕ, ਜਨ ਸੇਵਕ ਕਹਿੰਦੇ ਰਹੇ ਹੁਣ ਤੱਕ, ਪਰ ਪ੍ਰਧਾਨ ਮੰਤਰੀ ਮੋਦੀ ਦੀ ਕਹਿਣੀ ਅਤੇ ਕਰਨੀ ਦੇ ਵਿੱਚ ਅੰਤਾਂ ਦਾ ਫਰਕ ਹੈ। ਇਹਨਾਂ ਨੇ ਅੰਬਾਨੀਆਂ ਅਤੇ ਅਡਾਨੀਆਂ ਨੂੰ ਫਾਇਦਾ ਪਹੁੰਚਾਉਣ ਦੇ ਲਈ ਦੇਸ਼ ਦੇ ਹਿੱਤਾਂ ਨੂੰ ਕੁਤਰ ਕੇ ਰੱਖ ਦਿੱਤਾ। ਬਹੁਤ ਸਾਰੀਆਂ ਗੱਲਾਂ ਹੋਰ ਵੀ ਹੁਣ ਤੱਕ ਦੋਸ਼ਾਂ ਦੇ ਰੂਪ ਦੇ ਵਿੱਚ ਕਹੀਆਂ ਗਈਆਂ, ਪਰ ਰਾਫੇਲ ਸੌਦੇ ਦਾ ਜਿੰਨ ਇੱਕ ਵਾਰ ਫਿਰ ਸਾਹਮਣੇ ਆਜੂਗਾ ਲੋਕ ਸਭਾ ਦੀਆਂ ਚੋਣਾਂ ਦੇ ਕਰਕੇ ਇਹਦੇ ਬਾਬਤ ਅੰਦਾਜ਼ਾ ਨਹੀਂ ਸੀ, ਕਿਉਂਕਿ ਇਸ ਮਾਮਲੇ ਦੇ ਉੱਤੇ ਇੱਦਾਂ ਜਾਪਦਾ ਸੀ ਕਿ ਮਿੱਟੀ ਪੈ ਗਈ। ਪਰ ਅੱਜ ਰਾਹੁਲ ਗਾਂਧੀ ਹੋਰਾਂ ਦੇ ਵੱਲੋਂ ਇਸ ਜਿੰਨ ਨੂੰ ਫਿਰ ਬਾਹਰ ਕੱਢ ਕੇ ਲਿਆਂਦਾ ਗਿਆ। ਉਹਨਾਂ ਨੇ ਕੁਝ ਕੁ ਸਬੂਤਾਂ ਦੇ ਆਧਾਰ ਦੇ ਉੱਤੇ ਇਹ ਗੱਲ ਕਹੀ ਹੈ ਕਿ ਪ੍ਰਧਾਨ ਮੰਤਰੀ ਮੋਦੀ ਹੋਰਾਂ ਨੇ ਅਨਿਲ ਅੰਬਾਨੀ ਨੂੰ 30,000 ਕਰੋੜ ਰੁਪਈਏ ਦਾ ਫਾਇਦਾ ਪਹੁੰਚਾਉਣ ਦੇ ਲਈ ਸਾਰਾ ਕੁਝ ਇਹ ਛੜਿਅੰਤਰ ਰਚਿਆ। ਉਹਨਾਂ ਨੇ ਸਾਰੀ ਇਹ ਸਕੀਮ ਲੜਾਈ ਸੀ, ਅਸਲ ਦੇ ਵਿੱਚ ਇਹੀ 30,000 ਕਰੋੜ ਰੁਪਈਆ ਦੇਸ਼ ਦੇ ਰੱਖਿਆ ਖੇਤਰ ਦੇ ਉੱਤੇ ਲੱਗ ਸਕਦਾ ਸੀ, ਰੱਖਿਆ ਬਜਟ ਦੇ ਨਾਲ ਜੁੜ ਸਕਦਾ ਸੀ। ਬੇਸ਼ੱਕ ਵਿਰੋਧੀ ਪਾਰਟੀ ਦੇ ਵੱਲੋਂ ਜੋ ਜੋ ਕੁਝ ਕਿਹਾ ਗਿਆ ਇਹਦੇ ਉੱਤੇ ਸੱਤਾਧਾਰੀ ਧਿਰ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਦੱਬੇ ਹੋਏ ਮੁਰਦੇ ਨੂੰ ਪੱਟਣ ਦਾ ਕੋਈ ਫਾਇਦਾ ਨਹੀਂ। ਹੁਣ ਜਦੋਂ ਉਹਦੇ ਵਿੱਚ ਸਾਹ ਨਹੀਂ, ਉਹਦੇ ਵਿੱਚ ਜਾਨ ਨਹੀਂ, ਤਾਂ ਅਸੀਂ ਕਿਹੜੀ ਗੱਲੋਂ ਇਹੋ ਜਿਹੀਆਂ ਬੇਲੋੜੀਆਂ ਬਾਤਾਂ ਪਾ ਰਹੇ ਹਾਂ। ਪਰ ਮੁੱਦਾ ਤਾਂ ਮੁੱਦਾ, ਕਾਂਗਰਸ ਨੂੰ ਇਹ ਜਾਪਦਾ ਇਸ ਵਕਤ ਕਿ ਮੋਦੀ ਅਤੇ ਸਮੁੱਚੀ ਭਾਜਪਾ ਦੀ ਜਿਹੜੀ ਸਰਕਾਰ ਹੈ ਉਹਨੂੰ ਘੇਰਨ ਦਾ ਸਭ ਤੋਂ ਵੱਡਾ ਹਥਿਆਰ ਰਾਫੇਲ ਸੌਦਾ, ਅਤੇ ਇੱਦਾਂ ਜਾਪਦਾ ਮੋਦੀ ਅਤੇ ਉਹਨਾਂ ਦੇ ਹਮਖਿਆਲੀ ਸਾਥੀਆਂ ਨੂੰ ਕਿ ਰਾਹੁਲ ਗਾਂਧੀ ਅਤੇ ਉਹਨਾਂ ਦੇ ਹਮਖਿਆਲ ਸਾਥੀ ਨੇ ਜਿਹੜੇ ਉਹਨਾਂ ਦੇ ਕੋਲ ਕੋਈ ਵਿਸ਼ਾ ਨਹੀਂ, ਉਹ ਬੇਲੋੜੀਆਂ ਗੱਲਾਂ ਕਰਦੇ ਆ, ਵਕਤ ਜ਼ਾਇਆ ਕਰਦੇ ਆ, ਦੇਸ਼ ਦੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਦੇ ਆ। ਅੱਜ ਰਾਹੁਲ ਗਾਂਧੀ ਹੋਰਾਂ ਨੇ ਬੜੇ ਤਿੱਖੇ ਸਵਾਲ ਕੀਤੇ ਆ ਪ੍ਰੈਸ ਕਾਨਫਰੰਸ ਦੇ ਵਿੱਚ। ਰਾਹੁਲ ਨੇ ਇਹ ਗੱਲ ਕਹੀ ਹੈ ਕਿ ਅੱਜ ਹਰ ਫੌਜੀ ਮੇਰੀ ਇਸ ਪ੍ਰੈਸ ਕਾਨਫਰੰਸ ਨੂੰ ਦੇਖੇ ਅਤੇ ਅੱਗੇ ਤੋਂ ਅੱਗੇ ਸ਼ੇਅਰ ਵੀ ਕਰੇ ਸੋਸ਼ਲ ਮੀਡੀਆ 'ਤੇ। ਰਾਹੁਲ ਗਾਂਧੀ ਨੇ ਇਹ ਗੱਲ ਕਹੀ ਹੈ ਕਿ ਫਰਾਂਸ ਦੇ ਸਾਬਕਾ ਰਾਸ਼ਟਰਪਤੀ ਓਲਾਂਦ ਹੋਰਾਂ ਦੇ ਮੁਤਲਕ ਬਹੁਤ ਸਾਰੀਆਂ ਸਾਨੂੰ ਜਾਣਕਾਰੀਆਂ ਮਿਲੀਆਂ ਕਿ ਪ੍ਰਧਾਨ ਮੰਤਰੀ ਦਫ਼ਤਰ ਦੇ ਵੱਲੋਂ ਕਿਸ ਤਰੀਕੇ ਦੀਆਂ ਕਾਰਵਾਈਆਂ ਉਸ ਵਕਤ ਪਾਈਆਂ ਗਈਆਂ ਸੀ ਅਤੇ ਇੱਕ ਪੱਤਰ ਦੇ ਰੂਪ ਦੇ ਵਿੱਚ ਕਿਸ ਤਰੀਕੇ ਦੇ ਨਾਲ ਰੱਖਿਆ ਵਿਭਾਗ ਦੇ ਵੱਲੋਂ ਇਤਰਾਜ਼ ਜ਼ਾਹਰ ਵੀ ਕੀਤੇ ਗਏ, ਪ੍ਰਧਾਨ ਮੰਤਰੀ ਦਫ਼ਤਰ ਦੇ ਵੱਲੋਂ ਕਿਸ ਤਰੀਕੇ ਦੇ ਨਾਲ ਇਸ ਮਸਲੇ ਦੇ ਵਿੱਚ ਗਲਤ ਯੋਗਦਾਨ ਪਾਇਆ ਗਿਆ। ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਜੇਕਰ ਅਨਿਲ ਅੰਬਾਨੀ ਨੂੰ ਫਾਇਦਾ ਪਹੁੰਚਾਉਣ ਦੀ ਥਾਂ ਦੇ ਉੱਤੇ ਦੇਸ਼ ਨੂੰ ਜਾਂ ਦੇਸ਼ ਦੇ ਵੀਰ ਜਵਾਨਾਂ ਨੂੰ ਫਾਇਦਾ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਤਾਂ ਅੱਜ ਸਾਡੀ ਸਥਿਤੀ ਇਹੋ ਜਿਹੀ ਨਹੀਂ ਸੀ ਹੋਣੀ। ਉਹਨਾਂ ਨੇ ਕਿਹਾ ਕਿ ਚੌਂਕੀਦਾਰ ਬਹੁਤ ਬਦਨਾਮ ਹੋ ਚੁੱਕਿਆ, ਇਸ ਚੌਂਕੀਦਾਰ ਦੇ ਉੱਤੇ ਇੱਕ ਪੈਸੇ ਦਾ ਯਕੀਨ ਨਹੀਂ ਕਰਨਾ ਚਾਹੀਦਾ। ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਜਿਹੜੇ ਜਿਹੜੇ ਲੋਕ ਪ੍ਰਧਾਨ ਮੰਤਰੀ ਮੋਦੀ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ ਉਹ ਕੋਸ਼ਿਸ਼ਾਂ ਹੀ ਕਰਦੇ ਰਹਿ ਜਾਣਗੇ, ਸੱਚ ਅਸੀਂ ਸਾਹਮਣੇ ਕੱਢ ਕੇ ਲੈ ਆਉਂਦਾ। ਕੁਝ ਕੁ ਪਹਿਲਾਂ ਅੰਸ਼ ਸਾਂਝੇ ਕਰਦੇ ਹਾਂ ਜਿਹੜੇ ਰਾਹੁਲ ਗਾਂਧੀ ਨੇ ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ ਸਾਂਝੇ ਕੀਤੇ ਆ, ਬਾਅਦ ਵਿੱਚ ਇਹਦੇ ਉੱਤੇ ਟਿੱਪਣੀ ਕਰਦੇ ਹਾਂ। ਰਾਹੁਲ ਗਾਂਧੀ ਨੇ ਅੱਜ ਟਵੀਟ ਕੀਤਾ ਕਿ ਦੇਸ਼ ਦੇ ਵੀਰ ਸੈਨਿਕ ਤੁਸੀਂ ਸਾਡੇ ਰੱਖਿਅਕ ਹੋ, ਤੁਸੀਂ ਦੇਸ਼ ਦੇ ਲਈ ਆਪਣੀਆਂ ਜਾਨਾਂ ਤੱਕ ਦੇਣ ਦੇ ਲਈ ਹਮੇਸ਼ਾ ਤਿਆਰ ਰਹਿੰਦੇ ਹੋ, ਸਾਨੂੰ ਤੁਹਾਡੇ 'ਤੇ ਮਾਣ ਹੈ। ਇੱਕ ਪ੍ਰੈਸ ਕਾਨਫਰੰਸ ਅਸੀਂ ਕਰ ਰਹੇ ਹਾਂ, ਇਹਨੂੰ ਜ਼ਰੂਰ ਦੇਖਿਓ। ਪ੍ਰੈਸ ਕਾਨਫਰੰਸ ਦੇ ਵਿੱਚ ਰਾਹੁਲ ਨੇ ਕਿਹਾ ਕਿ ਰਾਫੇਲ ਘੁਟਾਲੇ ਦੀਆਂ ਪਰਤਾਂ ਲਗਾਤਾਰ ਖੁੱਲ੍ਹ ਰਹੀਆਂ ਨੇ, ਹੁਣ ਸਾਰਾ ਕੁਝ ਸਾਫ਼ ਹੋ ਚੁੱਕਿਆ ਕਿ ਪ੍ਰਧਾਨ ਮੰਤਰੀ ਇਹਦੇ ਵਿੱਚ ਸਿੱਧੇ ਤੌਰ ਦੇ ਉੱਤੇ ਸ਼ਾਮਲ ਸਨ, ਉਹ ਘੁਟਾਲੇ ਦੇ ਗੁਨਾਹਗਾਰ ਨੇ, ਉਹਨਾਂ ਨੇ ਹੀ ਅਨਿਲ ਅੰਬਾਨੀ ਨੂੰ 30,000 ਕਰੋੜ ਰੁਪਈਆ ਦਿੱਤਾ। ਰਾਹੁਲ ਨੇ ਕਿਹਾ ਕਿ ਫਰਾਂਸ ਦੇ ਰਾਸ਼ਟਰਪਤੀ ਨੇ ਮੋਦੀ ਨੂੰ ਚੋਰ ਕਿਉਂ ਕਿਹਾ ਸੀ, ਅਤੇ ਅੱਜ ਦੇ ਨੋਟ ਤੋਂ ਯਾਨੀ ਕਿ ਪੱਤਰ ਤੋਂ ਇਹ ਗੱਲ ਸਾਫ਼ ਹੋ ਗਈ ਹੈ ਕਿ ਰੱਖਿਆ ਵਿਭਾਗ ਉਹਨਾਂ ਨੂੰ ਚੋਰ ਕਹਿ ਰਿਹਾ, ਉਹ ਚੋਰ ਵੀ ਨੇ। ਇੱਕ ਵਾਰ ਮੈਨੂੰ ਦੇਖਣ ਅਤੇ ਇੱਕ ਵਾਰ ਪ੍ਰਧਾਨ ਮੰਤਰੀ ਨੂੰ ਦੇਖਿਆ ਜਾਵੇ, ਤੁਹਾਨੂੰ ਇਹ ਸਮਝ ਆ ਜਾਵੇਗੀ ਕਿ ਘਬਰਾਇਆ ਹੋਇਆ ਕੌਣ ਹੈ। ਉਹ ਕਹਿ ਰਹੇ ਨੇ ਕਿ ਉਲਟਾ ਚੋਰ ਕੋਤਵਾਲ ਕੋ ਡਾਂਟੇ, ਕੀ ਉਹ ਦੋਹਰੇ ਵਿਅਕਤੀਤਵ ਦੇ ਮਾਲਕ ਨੇ, ਕੀ ਉਹ ਖੁਦ ਨੂੰ ਚੋਰ ਅਤੇ ਚੌਂਕੀਦਾਰ ਦੋਵੇਂ ਮੰਨਦੇ ਨੇ। ਸਮਝ
ਕਦੇ ਉਹ ਚੌਂਕੀਦਾਰ ਬਣ ਜਾਂਦੇ ਨੇ ਅਤੇ ਕਦੇ ਉਹ ਚੋਰ ਬਣ ਜਾਂਦੇ ਨੇ। ਇੱਥੇ ਵੀ ਦੱਸਣਾ ਬਣਦਾ ਕਿ 18 ਅਕਤੂਬਰ 2018 ਨੂੰ ਸੁਪਰੀਮ ਕੋਰਟ ਨੂੰ ਸਰਕਾਰ ਨੇ ਇਹ ਗੱਲ ਦੱਸੀ ਸੀ ਕਿ ਰਾਫੇਲ ਸੌਦੇ ਦੇ ਵਿੱਚ ਗੱਲਬਾਤ ਕਰਨ ਦੇ ਲਈ ਦਲ ਦੇ 7 ਮੈਂਬਰ ਸਨ, ਏਅਰਫੋਰਸ ਦੇ ਡਿਪਟੀ ਚੀਫ ਇਹਦੇ ਮੁਖੀ ਸਨ, ਇਹਦੇ ਵਿੱਚ PMO ਦੀ ਕਿਸੇ ਵੀ ਕਿਸਮ ਦੀ ਇੱਕ ਪੈਸੇ ਦੀ ਭੂਮਿਕਾ ਨਹੀਂ ਸੀ। ਆਈ ਡੋਨਟ ਅੰਡਰਸਟੈਂਡ, ਹੀ ਇਜ਼ ਟਾਕਿੰਗ ਅਬਾਊਟ ਹਿਮਸੈਲਫ, ਹੀ ਇਜ਼ ਗਾਟ ਅ ਡਿਊਲ ਪਰਸਨੈਲਿਟੀ, ਵਾਟ ਇਜ਼ ਦੈਟ ਇਨ ਦ ਮੀਨਿੰਗ, ਹੀ ਇਜ਼ ਗਾਟ ਟੂ ਪਰਸਨੈਲਿਟੀਜ਼, ਚੋਰ ਐਂਡ ਚੌਕੀਦਾਰ, ਇਜ਼ ਦੈਟ ਵਾਟ ਹੀ ਇਜ਼ ਸੇਇੰਗ? No, you're laughing, but explain that to me. So he is now viewing himself as the chowkidar and the chor. And he talks to himself at night, one day he becomes the chowkidar, one day becomes the chor. Schizophrenia, is that what's happening? Listen, it's very clear. And you can read it here. Please take a good look at it. Friends in the Air Force, generals, pilots. It is written clearly here that the Prime Minister of India is a thief. He has stolen 30,000 crores from you. The defense ministry is objecting to his interference. Mr. Anil Ambani is his man, and Mr. Anil Ambani has been given 30,000 crores of your money. Now, my friends in the Air Force, pilots, remember one thing. This 30,000 crores could have been used for your safety. This 30,000 crores could have been given to your families. This 30,000 crores could be given to you when you die in a plane crash. This is your money. This is not the money of Anil Ambani. Okay? Now the Prime Minister is coming up with one excuse after the ek ke baad ek bahana nikalne. Kal bahut bada bhashan diya. Kya kaha? Kya chor chowkidar se pooch raha hai? Be clear. He has stolen from you. ਇਹ ਉਹਨਾਂ ਦੀ ਪ੍ਰੈਸ ਕਾਨਫਰੰਸ ਯਾਨੀ ਕਿ ਰਾਹੁਲ ਗਾਂਧੀ ਦੀ ਪ੍ਰੈਸ ਕਾਨਫਰੰਸ ਦੇ ਕੁਝ ਕੁ ਅੰਸ਼ ਹੈ। ਉਹਨਾਂ ਨੇ ਅੱਜ ਕਾਫੀ ਲੰਮਾ ਸਮਾਂ ਲਾਇਆ ਅਤੇ ਇਹ ਗੱਲ ਕਹੀ ਹੈ ਕਿ ਸਾਡੇ ਕੋਲ ਬਹੁਤ ਪੁਖਤਾ ਸਬੂਤ ਨੇ ਜਿਹਦੇ ਆਧਾਰ ਦੇ ਉੱਤੇ ਅਸੀਂ ਪ੍ਰਧਾਨ ਮੰਤਰੀ ਨੂੰ ਚੋਰ ਸਾਬਤ ਕਰ ਸਕਦੇ ਹਾਂ, ਜਿਹਦੇ ਆਧਾਰ ਦੇ ਉੱਤੇ ਅਸੀਂ ਇਹ ਸਾਬਤ ਕਰ ਸਕਦੇ ਹਾਂ ਕਿ ਉਹ ਚੌਂਕੀਦਾਰ ਨਹੀਂ ਹੈ। ਚੌਂਕੀਦਾਰ ਦਾ ਕੰਮ ਹੁੰਦਾ ਕਿ ਆਪਣਾ ਨਹੀਂ ਸਗੋਂ ਪੂਰੇ ਇਲਾਕੇ ਦਾ, ਜਿੱਥੇ ਜਿੱਥੇ ਉਹਨੇ ਚੌਂਕੀਦਾਰੀ ਕਰਨੀ ਹੈ, ਜਿੱਥੇ ਜਿੱਥੇ ਨਿਗਾਹ ਰੱਖਣੀ ਹੈ, ਉੱਥੇ ਨਾ ਕੋਈ ਚੋਰੀ ਹੋਣ ਦੇਣਾ, ਨਾ ਉੱਥੇ ਕੋਈ ਡਾਕਾ ਪੈਣ ਦੇਣਾ, ਨਾ ਉੱਥੇ ਕੋਈ ਅਣਸੁਖਾਵੀਂ ਘਟਨਾ ਵਾਪਰਨ ਦੇਣਾ। ਪਰ ਪ੍ਰਧਾਨ ਮੰਤਰੀ ਚੌਂਕੀਦਾਰ ਦੇ ਨਾਂ ਦੇ ਉੱਤੇ ਡਾਂਗ ਤਾਂ ਚੁੱਕੀ ਫਿਰਦੇ ਆ, ਪਰ ਫਾਇਦਾ ਉਹ ਅੰਬਾਨੀਆਂ ਅਤੇ ਅਡਾਨੀਆਂ ਨੂੰ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਆ। ਉਹਨਾਂ ਨੇ ਇਹ ਗੱਲ ਅੱਜ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਜੋ ਪੱਤਰ ਸਾਡੇ ਸਾਹਮਣੇ ਆਇਆ, ਜਿਸ ਤਰੀਕੇ ਦੇ ਨਾਲ ਇੱਕ ਅੰਗਰੇਜ਼ੀ ਅਖਬਾਰ ਦੇ ਹਵਾਲੇ ਦੇ ਨਾਲ ਉਹਨਾਂ ਨੇ ਗੱਲ ਕਹੀ ਹੈ ਕਿ ਸਾਹਮਣੇ ਸਭ ਕੁਝ ਨਿਕਲ ਕੇ ਆ ਗਿਆ, ਬਿੱਲੀ ਥੈਲੇ ਦੇ ਵਿੱਚੋਂ ਬਾਹਰ ਆ ਗਈ ਹੈ ਕਿ ਸਭ ਕੁਝ ਤੈਅ ਸੀ, ਸਭ ਕੁਝ ਦੇਸ਼ ਦੇ ਹਿੱਤਾਂ ਨੂੰ ਪਰੇ ਕਰਕੇ ਸਭ ਕੁਝ ਇੱਕ ਵਿਅਕਤੀ ਵਿਸ਼ੇਸ਼ ਦੇ ਲਈ ਇਹ ਰਚਿਆ ਗਿਆ ਅਤੇ ਹੁਣ ਪ੍ਰਧਾਨ ਮੰਤਰੀ ਅਤੇ ਬਾਕੀ ਜੋ ਕੁਝ ਮਰਜ਼ੀ ਕਹਿਣ। ਪਰ ਦੂਜੇ ਪਾਸੇ ਇਹ ਪਤਾ ਲੱਗਾ ਕਿ ਨਿਰਮਲਾ ਸੀਤਾਰਮਨ ਜੋ ਕਿ ਦੇਸ਼ ਦੇ ਰੱਖਿਆ ਮੰਤਰੀ ਨੇ, ਉਹਨਾਂ ਨੇ ਗੱਲ ਕਹੀ ਕਿ ਇਸ ਵਕਤ ਇਹਨਾਂ ਗੱਲਾਂ ਦੀ ਤੁੱਕ ਕੋਈ ਨਹੀਂ ਬਣਦੀ। ਮਾਣਯੋਗ ਅਦਾਲਤ ਦੇ ਵੱਲੋਂ ਵੀ ਇਸ ਮਸਲੇ ਦੇ ਉੱਤੇ ਆਪਣੇ ਵਿਚਾਰ ਪੇਸ਼ ਕੀਤੇ ਜਾ ਚੁੱਕੇ ਆ, ਇਸ ਮਸਲੇ ਦੇ ਉੱਤੇ ਮਿੱਟੀ ਪੈ ਚੁੱਕੀ ਹੈ, ਇਹਦੇ ਵਿੱਚ ਤਰਕ ਨਾਂ ਦੀ ਕੋਈ ਚੀਜ਼ ਨਹੀਂ, ਇਹਦੇ ਵਿੱਚ ਕੋਈ ਵੀ ਤੱਥਾਂ ਦੀ ਸਹੀ ਪੇਸ਼ਕਾਰੀ ਨਹੀਂ। ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਦਫ਼ਤਰ ਦੇ ਵੱਲੋਂ ਜੋ ਗੱਲਾਂ ਕਹੀਆਂ ਗਈਆਂ ਸੀ ਉਹ ਰਾਫੇਲ ਸੌਦੇ ਦੇ ਵਿੱਚ ਨਿਯਮਾਂ ਦੇ ਮੁਤਾਬਕ ਅਤੇ ਕੁਆਲਿਟੀ ਦੇ ਮੁਤਾਬਕ ਗੱਲ ਕੀਤੀ ਗਈ ਸੀ, ਨਾ ਕਿ ਉਹਦੇ ਵਿੱਚ ਕੋਈ ਦਖਲ ਅੰਦਾਜ਼ੀ ਦੀ ਗੱਲ ਕੀਤੀ ਸੀ। ਕਹਿਣ ਦਾ ਭਾਵ ਇਹ ਹੈ ਵੀ ਜਿਵੇਂ ਸਿਆਣੇ ਕਹਿੰਦੇ ਹੁੰਦੇ 100 ਹੱਥ ਰੱਸਾ ਅਤੇ ਸਿਰੇ 'ਤੇ ਗੰਢ, ਇਸ ਵਕਤ ਲੋਕ ਸਭਾ ਦੀਆਂ ਚੋਣਾਂ ਦੇ ਮੱਦੇਨਜ਼ਰ ਉਹ ਮੁੱਦੇ ਲੋਕਾਂ ਦੇ ਸਾਹਮਣੇ ਆ ਰਹੇ ਆ ਜਿਨ੍ਹਾਂ ਮੁੱਦਿਆਂ ਦੇ ਨਾਲ ਲੋਕਾਂ ਦੀ ਕੁੱਲੀ ਗੁੱਲੀ ਅਤੇ ਜੁੱਲੀ ਦਾ ਸਿੱਧੇ ਤੌਰ ਦੇ ਉੱਤੇ ਸੰਬੰਧ ਨਹੀਂ ਆ। ਬੇਸ਼ੱਕ ਇਹ ਮੁੱਦੇ ਬਹੁਤ ਵੱਡੇ ਆ ਕਿਉਂਕਿ ਇਹ ਘਪਲੇਬਾਜ਼ੀ ਨਾਲ ਸੰਬੰਧਿਤ ਹੈ, ਪਰ ਇਸ ਘਪਲੇਬਾਜ਼ੀ ਤੋਂ ਬਿਨਾਂ ਭਾਰਤ ਦੇ ਵਿੱਚ ਰੋਟੀ ਦੀ ਲੋੜ ਵੀ ਹੈ, ਭਾਰਤ ਦੇ ਵਿੱਚ ਬੇਰੁਜ਼ਗਾਰੀ ਖਤਮ ਕਰਨ ਦੀ ਲੋੜ ਵੀ ਹੈ, ਭਾਰਤ ਦੇ ਵਿੱਚ ਸਿਹਤ ਅਤੇ ਸਿੱਖਿਆ ਦੇ ਢਾਂਚੇ ਨੂੰ ਦਰੁਸਤ ਕਰਨ ਦੀ ਗੱਲ ਵੀ ਛਿੜਨੀ ਚਾਹੀਦੀ ਹੈ, ਭਾਰਤ ਦੇ ਵਿੱਚ ਜੋ ਕੁਝ ਵੀ ਇਸ ਵਕਤ ਤਾਣਾ ਬਾਣਾ ਚੱਲ ਰਿਹਾ ਉਹਦੇ ਵਿੱਚ ਵਿਗਾੜ ਖਤਮ ਕਰਕੇ ਉਹਨੂੰ ਸੁਥਰੀ ਲੀਹ ਦੇ ਉੱਤੇ ਲੈ ਕੇ ਆਉਣ ਦੀ ਲੋੜ ਹੈ। ਪਰ ਇਹਨਾਂ ਮੁੱਦਿਆਂ ਦੇ ਵੱਲ ਘੱਟ ਅਤੇ ਇੱਕ ਦੂਜੇ ਦੇ ਵੱਲ ਦੋਸ਼ਾਂ ਕਦੋਸ਼ਾਂ ਦੀ ਵਾਛੜ ਕਰਨ ਦਾ ਸਿਲਸਿਲਾ ਵੱਧ ਚੱਲ ਰਿਹਾ। ਇਸ ਵਕਤ ਜੋ ਰਾਫੇਲ ਦਾ ਜਿੰਨ ਹੈ ਜਿਹਨੇ ਹੁਣ ਅਚਾਨਕ ਫਿਰ ਸਿਰ ਚੁੱਕਿਆ, ਇਹਦੇ ਵੱਲੋਂ ਕਿੰਨੀ ਕੁ ਦੇਰ ਦੇ ਲਈ ਕਿਹਦਾ ਨੁਕਸਾਨ ਅਤੇ ਕਿਹਦਾ ਅਕਸ ਖਰਾਬ ਕੀਤਾ ਜਾਊਗਾ ਇਹ ਵਕਤ ਦੱਸੂਗਾ। ਪਰ ਲੋਕ ਸਭਾ ਦੀਆਂ ਚੋਣਾਂ ਸਿਰ ਦੇ ਉੱਤੇ ਹੋਣ ਕਰਕੇ ਹਾਲੇ ਉਹ ਮੁੱਦੇ ਸਾਹਮਣੇ ਹੋਰ ਆਉਣ ਦੀ ਸੰਭਾਵਨਾ ਜਿਨ੍ਹਾਂ ਦੇ ਉੱਤੇ ਕੁਝ ਮਹੀਨੇ ਜਾਂ ਕੁਝ ਵਰੇ ਪਹਿਲਾਂ ਮਿੱਟੀ ਪੈ ਗਈ ਸੀ। ਨਾ ਤਾਂ ਇਸ ਵਕਤ ਭਾਜਪਾ ਦੇ ਆਗੂਆਂ ਵੱਲੋਂ ਕਾਂਗਰਸ ਦੇ ਨਾਲ ਭਲੀ ਗੁਜ਼ਾਰੀ ਜਾਣੀ ਆ, ਨਾ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਦੇ ਵੱਲੋਂ ਭਾਜਪਾਈਆਂ ਦੇ ਖਿਲਾਫ਼ ਭਲੀ ਗੁਜ਼ਾਰੀ ਜਾਣੀ ਆ। ਪਰ ਇਹ ਸਾਰੇ ਰੌਲੇ ਰੱਪੇ ਦੇ ਦੌਰਾਨ ਫਿਰ ਉੱਥੇ ਆ ਕੇ ਗੱਲ ਮੁੱਕਦੀ ਹੈ ਅਤੇ ਬੇਨਤੀ ਦੇ ਰੂਪ ਦੇ ਵਿੱਚ ਕਿ ਭਾਰਤ ਦੇ ਲੋਕਾਂ ਦੇ ਮਸਲਿਆਂ ਦੇ ਵੱਲ ਖਿਆਲ ਕਰਨਾ ਚਾਹੀਦਾ। ਭਾਰਤ ਦੇ ਲੋਕਾਂ ਨੂੰ ਇਹ ਗੱਲ ਹਮੇਸ਼ਾ ਕਹਿੰਦੇ ਆ ਸਾਰੇ ਨੇਤਾ ਕਿ ਮੌਕਾ ਇੱਕ ਵਾਰ ਦਿਓ, ਅਸੀਂ ਤਲੀ ਦੇ ਉੱਤੇ ਸਰੋਂ ਜਮਾ ਕੇ ਦਿਖਾ ਦਿਆਂਗੇ, ਦੇਸ਼ ਨੂੰ ਵਿਕਾਸ ਦੀ ਲੀਹ ਦੇ ਉੱਤੇ ਤੋਰ ਦਿਆਂਗੇ। ਪਰ ਤਲੀ ਦੇ ਉੱਤੇ ਸਰੋਂ ਜੰਮੀ ਨਹੀਂ, ਨਾ ਤਾਂ ਪਿਛਲੇ 5 ਵਰ੍ਹਿਆਂ ਤੋਂ ਜੰਮੀ
ਨਾ ਪੰਜਾਬ ਦੇ ਵਿੱਚ ਪਿਛਲੇ 2 ਵਰ੍ਹਿਆਂ ਤੋਂ ਕਾਂਗਰਸ ਦੀ ਸਰਕਾਰ ਦੇ ਵੱਲੋਂ ਜਮਾ ਕੇ ਦਿਖਾਈ ਗਈ। ਸੋ ਲੋਕ ਇਸ ਵਕਤ ਭੰਬਲ ਭੂਸੇ ਦੇ ਵਿੱਚ ਹੈ। ਭਾਜਪਾ ਹੀ ਇਹ ਕਹਿੰਦੇ ਸਾਡਾ ਮੁਕਾਬਲਾ ਕੋਈ ਨਹੀਂ, ਅਤੇ ਮਹਾਂਗਠਜੋੜ ਦੇ ਨਾਲ ਸੰਬੰਧਿਤ ਲੋਕ ਜਿਹੜੇ ਖਾਸ ਕਰਕੇ ਚਾਹਵਾਨ ਆ ਜਿਹੜੇ ਮਹਾਂਗਠਜੋੜ ਨੂੰ ਦੇਖਣ ਦੇ, ਉਹ ਕਹਿੰਦੇ ਆ ਕਿ ਇਸ ਵਕਤ ਬਦਲ ਦੀ ਲੋੜ ਹੈ। ਬਾਕੀ ਵਕਤ ਦੇ ਗਰਭ ਦੇ ਵਿੱਚ ਲੁਕੀਆਂ ਹੋਈਆਂ ਗੱਲਾਂ ਹੁਣ ਦਿਓ ਆ ਗਿਆ। ਬਹੁਤ ਬਹੁਤ ਮਿਹਰਬਾਨੀ।